दैनिक सवेरा अंधेरे से उजाले की ओर। सत श्री अकाल जी सारिआं नूं, मैं हरीश वर्मा तुहानूं सारिआं नूं दैनिक सवेरा दा वैब पोर्टल वेखण वालिआं नूं मेरे वल्लों प्यार भरी सत श्री अकाल। ते साडी फिल्म आ रही है मेरी युवराज हंस दी ते नीरू बाजवा जी दी 28 नवंबर नूं प्रॉपर पटोला। तुसीं जरूर सारे जणे जायो देखण फिल्म अपने फ्रेंड्स नाल अपनी फैमिली नाल, बड़ी खूबसूरत मूवी है। सर अपना फिल्म दे विच की रोल है? इस फिल्म मेरा नाम राज है जी। मेरा कैरेक्टर एक शरारती जे स्कीमी जे बंदे का कैरेक्टर है। तो ऑन दी अदर हैंड बहुत प्यार करता है, अपनी फैमिली भी प्यार करता है, बट कुछ तिकड़मबाजियां जी लड़ाता रहता है जिदे करके सिचुएशन बड़ी कई बार खतरनाक हो जाती है। पर वह सब कुछ कॉमिक है तो सारा कुछ देख के तुम एंटरटेनमेंट मिलेगा उस चो। फिर मेरे नाल युवराज हंस है, नीरू बाजवा से तीनों पहली बार इकट्ठे काम करते पे हैं। तो बड़ा अमेजिंग एक्सपीरियंस रहा साडा, फिल्म च काम करना ही बड़ा मजेदार सी ते ऑब्वियस जी गल है कि देखना भी मजेदार होगा। हरी जी नाम तुहाडा राज है विच, हां जी फिल्म च राज किने कीता? ਇਹ ਤਾਂ ਹੁਣ ਆਡੀਅੰਸ ਦੱਸੂਗੀ ਜੀ ਦੇਖ ਕੇ ਫਿਲਮ 'ਤੇ ਰਾਜ ਕਿਹਨੇ ਕੀਤਾ। ਵੈਸੇ ਅਸੀਂ ਕੋਸ਼ਿਸ਼ ਤਿੰਨਾਂ ਨੇ ਹੀ ਕੀਤੀ ਹੈ ਵੀ ਅਸੀਂ ਪੂਰਾ ਆਪਣਾ 100% ਦੇ ਸਕੀਏ ਤੁਹਾਨੂੰ ਮੇਨਟੇਨ ਕਰਨ ਲਈ ਸਾਰੀ। ਕਰੈਕਟਰ ਵਾਈਜ਼ ਤਿੰਨਾਂ ਦੇ ਕਰੈਕਟਰ ਕੀ ਫਰਕ? ਕਰੈਕਟਰ ਵਾਈਜ਼ ਇੱਦਾਂ ਹੈ ਜੀ ਕਿ ਕਿਉਂਕਿ ਇਹ ਲਾਈਟ ਹਾਰਟਡ ਮੂਵੀ ਹੈ, ਕਾਮੇਡੀ ਰੋਮੈਂਟਿਕ ਮੂਵੀ ਹੈ, ਨੀਰੂ ਬਾਜਵਾ ਜੀ ਦਾ ਡਬਲ ਕੈਰੈਕਟਰ ਹੈ, ਡਬਲ ਰੋਲ ਪਲੇ ਕਰਦੇ ਪਏ ਨੇ ਉਹ। ਮੈਂ ਯੂਵੀ ਅਸੀਂ ਉਹਨਾਂ ਦੇ ਦੋਵਾਂ ਨੀਰੂ ਬਾਜਵਾ ਦੇ ਓਪੋਜ਼ਿਟ ਹਾਂ। ਅਤੇ ਕੈਰੈਕਟਰ ਹਰ ਇੱਕ ਦਾ ਬੜਾ ਮਜ਼ੇਦਾਰ ਹੈ, ਅਲੱਗ ਅਲੱਗ ਡਾਇਮੈਂਸ਼ਨਸ ਨੇ ਸਾਰੇ ਕੈਰੈਕਟਰਸ ਦੀਆਂ। ਪਰ ਇਹ ਫਿਲਮ ਦੇਖ ਕੇ ਤੁਹਾਨੂੰ ਆਪ ਪਤਾ ਲੱਗ ਜਾਏਗਾ ਕਈ ਵਾਰੀ ਕੀ ਹੁੰਦਾ, ਕੁਛ ਚੀਜ਼ਾਂ ਐਕਸਪਲੇਨ ਨਹੀਂ ਕੀਤੀਆਂ ਜਾਂਦੀਆਂ ਸ਼ਬਦਾਂ 'ਚ, ਦੇਖ ਕੇ ਪਤਾ ਚੱਲਦਾ। ਅਤੇ ਤੁਸੀਂ ਬਸ ਹੁਣ ਤਿਆਰੀ ਕਰ ਲਓ 28 ਤਰੀਕ। ਨੀਰੂ ਬਾਜਵਾਈ ਦਾ ਡਬਲ ਰੋਲ ਹੈ ਇਸ ਬਾਰੇ, ਫਸਟ ਟਾਈਮ ਡਬਲ ਰੋਲ ਕਰ ਰਹੇ ਹੈ? ਹਾਂਜੀ ਉਹ ਫਸਟ ਟਾਈਮ ਡਬਲ ਰੋਲ ਕਰ ਰਹੇ ਹੈ, ਬਿਲਕੁਲ ਸਹੀ ਕਿਹਾ ਤੁਸੀਂ। ਉਹਨਾਂ ਨੇ ਪੂਰੀ ਮਿਹਨਤ ਕੀਤੀ ਹੈ, ਅਲੱਗ ਅਲੱਗ ਕੈਰੈਕਟਰਸ ਨੇ ਦੋਵੇਂ ਉਹਨਾਂ ਨੇ ਜੋ ਪਲੇ ਕੀਤੇ ਨੇ। ਅਤੇ ਐਕਟਰ ਤਾਂ ਉਹ ਅਮੇਜ਼ਿੰਗ ਹੈਗੀ ਨੇ, ਦੂਜੀ ਵਾਰ ਮੌਕਾ ਮਿਲਿਆ ਮੈਨੂੰ ਕੰਮ ਕਰਨ ਦਾ ਉਹਨਾਂ ਦੇ ਨਾਲ। ਪਹਿਲਾਂ RSVP ਕੀਤੀ ਸੀ ਲਾਸਟ ਈਅਰ, ਉਹ ਵੀ ਲੋਕਾਂ ਨੇ ਚੰਗੀ ਰਿਸੀਵ ਕੀਤੀ, ਪਸੰਦ ਆਈ ਲੋਕਾਂ ਨੂੰ। ਇਸ ਵਾਰੀ ਵੀ ਸਾਡੀ ਜੋੜੀ, ਮੇਰੀ ਅਤੇ ਨੀਰੂ ਜੀ ਦੀ ਅਤੇ ਨੀਰੂ ਜੀ ਅਤੇ ਯੂਵੀ ਦੀ ਜੋੜੀ ਲੋਕਾਂ ਨੂੰ ਪਸੰਦ ਆਊਗੀ ਡੈਫੀਨੇਟਲੀ। ਹਰੀ ਜੀ ਇੱਕ RSVP ਦੀ ਗੱਲ ਚੱਲੀ ਹੈ, ਹਾਂਜੀ ਤੁਹਾਨੂੰ ਯਾਦ ਹੋਣਾ ਜਦੋਂ ਤੁਸੀਂ ਪ੍ਰੈਸ ਕੌਨਫਰੰਸ ਕੀਤੀ ਸੀ ਬਾਅਦ ਚੋਂ ਫਿਲਮ ਦੇਖਣ ਤੋਂ ਬਾਅਦ, ਤਾਂ ਉਹ 'ਚ ਮੈਂ ਕੁਛ 2-3 ਗਲਤੀਆਂ ਜਿਹੜੀਆਂ ਗਿਣਾਈਆਂ ਸੀਗੀਆਂ ਉਸ ਫਿਲਮ ਦੀਆਂ, ਕੀ ਇਸ ਫਿਲਮ 'ਚ ਇੱਦਾਂ ਦੀਆਂ ਛੋਟੀਆਂ ਗਲਤੀਆਂ ਹੈ? ਗੱਲ ਇਹ ਹੁੰਦੀ ਹੈ ਕਿ ਜਦੋਂ ਆਪਾਂ ਫਿਲਮ ਬਣਾ ਰਹੇ ਹੁੰਦੇ ਹਾਂ ਤਾਂ ਬਹੁਤ ਸਾਰੇ ਸਰਕਮਸਟਾਂਸਿਸ ਹੁੰਦੇ ਆ, ਬਹੁਤ ਸਾਰੀਆਂ ਸਿਚੁਏਸ਼ਨਸ ਹੁੰਦੀਆਂ ਜਿਨ੍ਹਾਂ 'ਚੋਂ ਨਿਕਲਣਾ ਪੈਂਦਾ। ਕਿਉਂਕਿ ਜਦੋਂ ਆਪਾਂ ਫਿਲਮ ਦੇਖ ਰਹੇ ਹਾਂ ਬੜਾ ਆਸਾਨ ਹੁੰਦਾ ਗਲਤੀਆਂ ਕੱਢਣ, ਜਦੋਂ ਮੇਕਿੰਗ ਚੱਲਦੀ ਹੁੰਦੀ ਹੈ ਨਾ ਉਦੋਂ ਕਈ ਵਾਰੀ ਸਿਚੁਏਸ਼ਨਲੀ ਸਾਨੂੰ ਹੈਂਡਲ ਕਰਨਾ ਪੈਂਦਾ ਕਿ ਇਸ ਮਤਲਬ ਉਹਨੂੰ ਆਪਾਂ ਕਹਿੰਦੇ ਐਡਜਸਟਮੈਂਟ, ਅਤੇ ਉਹ ਐਡਜਸਟਮੈਂਟਸ ਹੁੰਦੀਆਂ ਨੇ। ਅਤੇ ਜੇ ਤਾਂ ਬਚ ਜਾਈਏ ਫਿਰ ਲੋਕਾਂ ਨੂੰ ਨਹੀਂ ਪਤਾ ਲੱਗਦੀਆਂ, ਅਦਰਵਾਈਜ਼ ਪਤਾ ਲੱਗ ਜਾਂਦੀਆਂ। ਬਟ ਅਸੀਂ ਕੋਸ਼ਿਸ਼ ਕੀਤੀ ਹੈ ਕਿ ਇਸ ਵਾਰੀ ਕੋਈ ਗਲਤੀ ਨਾ ਹੋਵੇ। ਠੀਕ ਹੈ, ਠੀਕ ਹੈ।